ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦਿਆਲ ਸਿੰਘ, ਸਾਬਕਾ ਸਰਪੰਚ ਪਿੰਡ ਚੱਕ ਮੰਡੇਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਮੈਨੂੰ ਸਾਰੇ ਪਿੰਡ ਨੇ 13 ਤੋਂ ਲੈ ਕੇ 18-19 ਤੱਕ ਪਿੰਡ ਚੱਕ ਮੰਡੇਰ ਦਾ ਸਰਪੰਚ ਬਣਾਇਆ। ਮੈਂ ਚੱਕ ਮੰਡੇਰ ਦੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਰਿਣੀ ਹਾਂ ਔਰ ਧੰਨਵਾਦ ਕਰਦਾ। ਮੈਂ ਆਪਣੇ ਸਰਪੰਚ ਦੇ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਜਿੰਨੀਆਂ ਵੀ ਸਰਕਾਰ ਕੋਲੋਂ ਗ੍ਰਾਂਟਾਂ ਲੈਣੀਆਂ ਸੀ, ਬੜੀ ਸਰਕਾਰ ਨੂੰ ਗੁਜ਼ਾਰਿਸ਼ ਕਰਕੇ, ਬੇਨਤੀ ਕਰਕੇ ਉਹ ਗ੍ਰਾਂਟਾਂ ਪ੍ਰਾਪਤ ਕੀਤੀਆਂ ਔਰ ਪਿੰਡ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਵਾਏ ਔਰ ਪਿੰਡ ਦੇ ਵਿੱਚ ਧੜੇ ਵਾਲੀ ਤੋਂ ਉੱਠ ਕੇ ਸਾਰੇ ਪਿੰਡ ਦੇ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਜਿੰਨਾ ਵੀ ਮੈਨੂੰ ਫੰਡ ਸਰਕਾਰ ਵੱਲੋਂ ਆਇਆ ਉਹਦੇ ਵਿੱਚ ਪਿੰਡ ਦੀਆਂ ਗਲੀਆਂ ਨਾਲੀਆਂ ਉਹ ਪੱਕੀਆਂ ਕਰਾਈਆਂ ਗਈਆਂ, ਕੰਕਰੀਟ ਦੀਆਂ ਸੜਕਾਂ ਬਣਾਈਆਂ ਗਈਆਂ ਔਰ ਨਰੇਗਾ ਰਾਹੀਂ ਜਿੰਨਾ ਵੀ ਮੈਨੂੰ ਸਰਕਾਰ ਵੱਲੋਂ ਗ੍ਰਾਂਟ ਮਿਲੀ ਸੀ ਉਹ ਮੈਂ ਇੰਟਰਲੋਕ ਦੀਆਂ ਸੜਕਾਂ ਬਣਾਈਆਂ ਜੀ। ਔਰ ਪਿੰਡ ਦੇ ਵਿੱਚ ਜਿੰਮ ਦਾ ਕਮਰਾ ਤਿਆਰ ਕਰਾਇਆ ਗਿਆ, ਸ਼ਮਸ਼ਾਨ ਘਾਟ ਦੇ ਵਿੱਚ ਕਮਰਾ ਤਿਆਰ ਕਰਾਇਆ ਗਿਆ ਔਰ ਐਸੀ ਧਰਮਸ਼ਾਲਾ ਦੇ ਵਿੱਚ ਹਾਲ ਦਾ ਲੈਂਟਰ ਪਾਇਆ ਗਿਆ ਔਰ ਇੱਕ ਰਸੋਈ ਬਣਾ ਕੇ ਬਣਾਈ ਗਈ ਜੀ। ਔਰ ਜਿਹੜੇ ਲੋੜਵੰਦ ਲੋਕ ਸੀ ਉਹਨਾਂ ਨੂੰ ਨਰੇਗਾ ਦੇ ਕਾਰਡ ਬਣਾਏ ਗਏ ਔਰ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਹਜੇ ਤੱਕ ਚੱਲ ਰਿਹਾ ਹੈ। ਔਰ ਪਿੰਡ ਦੀਆਂ ਬੁਢਾਪਾ ਪੈਨਸ਼ਨ ਉਹ ਵੀ ਲਗਾਈਆਂ ਗਈਆਂ ਔਰ ਪਿੰਡ ਦੇ ਵਿੱਚ ਇਸ ਕਰਕੇ ਕੈਂਪ ਵੀ ਲਗਾਏ ਗਏ ਔਰ ਜਿਹੜਾ ਵੀ ਜ਼ਰੂਰਤਮੰਦ ਬੰਦਾ ਉਹਨੂੰ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਜਿਹੜੀ ਸੀ ਉਹਦੇ ਵੀ ਫਾਰਮ ਭਰ ਕੇ ਔਰ ਉਹਨਾਂ ਲੋਕਾਂ ਨੂੰ ਆਸ਼ੀਰਵਾਦ ਦੇ ਵੀ ਜਿਹੜੇ ਪੈਸੇ ਸੀ ਉਹ ਵੀ ਦਵਾਏ ਗਏ ਔਰ ਬਿਨਾਂ ਧੜੇਬੰਦੀ ਤੋਂ ਉੱਠ ਕੇ ਪਿੰਡ ਦੇ ਵਿਕਾਸ ਲਈ ਮੈਂ ਜਿੰਨੀ ਕਿ ਵੀ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਿਆ ਔਰ ਕੀਤੀ ਆ ਔਰ ਇਹਦੇ ਵਾਸਤੇ ਮੈਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।